ਸਲਾਮ ਅਲੈਕਮ ਮੇਰੇ ਧੀਓ ਪੁੱਤਰੋ, ਕੀ ਹਾਲ ਆ? ਠੀਕ ਠਾਕ ਹੋ? ਕਿੱਦਾਂ ਘਰ ਬਾਰ ਸਭ? ਠੀਕ ਆ? ਅੱਜ ਤੁਹਾਡੀ ਮਾਂ ਜੀ ਇਕੱਲੀ ਬੈਠੀ ਧੁੱਪ ਦੇ ਵਿੱਚ ਚਾਹ ਬਣਾਉਂਦੀ ਬੈਠੀ ਆ। ਸਿਲੰਡਰ ਖਤਮ ਹੋਇਆ ਸੀ ਤੇ ਪੰਤੂਰੀ ਜ਼ਰੂਰੀ ਕੰਮ ਸੀ ਜੇ ਚੌਧਰ ਗਏ ਸੀ ਤੇ ਮਾਮਾ ਹੀ ਅੱਲਾ ਘਰ ਕੋਈ ਪਤਾ ਨਹੀਂ ਕੀ ਪਰੇਸ਼ਾਨੀ ਜੀ ਸੀਗੀ ਤੇ ਕਹਿੰਦੀ ਮੇਰੀ ਅੱਜ ਛੁੱਟੀ ਆ ਤੇ ਉਹ ਯਾਲਾ ਮਾਮਾ ਚਲੀ ਗਈ ਤੇ ਮੈਂ ਅੱਜ ਇਕੱਲੀ। ਮੈਂ ਕਿਹਾ ਚਲੋ ਮੈਂ ਖੁਦ ਵੀ ਹੁਣ ਹਿੱਲ ਹੁੱਲਾਂ ਖੁੱਲੀ ਪਈਆਂ ਬਹਿ ਬਹਿ ਕੇ ਗੋਡੇ ਮੇਰੇ ਦਰਦ ਕਰਦੇ, ਕੋਈ ਕੰਮ ਕੁੰਮ ਕਰਾਂਗੀ ਤੇ ਚਲੋ ਕੁਛ ਸਿਹਤ ਠੀਕ ਹੋ ਜਾਏਗੀ ਹੈ। ਤੇ ਮੈਂ ਕਾਹਵਾ ਬਣਾਉਂਦੀ ਸੀ ਤੇ ਮੈਂ ਕਿਹਾ ਚੱਲ ਚਾਹ ਬਣਾ ਲਵਾਂ। ਕਾਹਵਾ ਵੇਖ ਤਿਆਰ ਹੁੰਦਿਆਂ ਵਾ, ਚੀਨੀ ਪੱਤੀ ਵਿੱਚ ਪਾਈ ਆ ਆਪਾਂ ਤੇ ਤੁਸੀਂ ਪੀਨੀ ਆ ਤੇ ਆਓ ਜੀ ਸਦਕੇ ਬਿਸਮਿਲ੍ਲਾ ਰਲ ਕੇ ਬਹਿ ਕੇ ਪੀਂਦੇ ਹਾਂ। ਤੇ ਤੁਸੀਂ ਇਹ ਸਬਸਕ੍ਰਾਈਬ ਵੀ ਕਰੋ ਤੇ ਵੀਡੀਓ ਨੂੰ ਲਾਇਕ ਵੀ ਕਰੋ ਤੇ ਮੈਨੂੰ ਇਹ ਵੀ ਦੱਸੋ ਤੁਸੀਂ ਕਿੱਥੋਂ ਕਿੱਥੋਂ ਵੇਖਦੇ ਹੋ। ਵੀਡੀਓ ਨੂੰ ਲਾਇਕ ਤੇ ਕਮੈਂਟ ਤੇ ਜ਼ਰੂਰ ਕੀਤਾ ਕਰੋ, ਠੀਕ ਆ ਨਾ? ਤੇ ਮਾਂ ਜੀ ਤੁਹਾਡੀ ਦੀ ਹਾਲੇ ਤਬੀਅਤ ਠੀਕ ਹੋ ਜਾਏ ਵੀ ਦੁਆ ਕਰੋ ਕਿ ਮੇਰੀ ਤਬੀਅਤ ਠੀਕ ਹੋ ਜਾਏ। ਮੈਨੂੰ ਬੁਖਾਰ ਤੇ ਗਲਾ ਤੇ ਖਾਂਸੀ ਬਹੁਤ ਜ਼ਿਆਦਾ ਹੋਈ ਪਈ ਆ। ਦੁਆ ਕਰੋ ਮੈਂ ਸਹੀ ਸਹੀ ਛੇਤੀ ਛੇਤੀ ਸਹੀ ਹੋ ਜਾ ਤੇ ਫਿਰ ਵੀਡੀਓ ਸੋਹਣੀਆਂ ਸੋਹਣੀਆਂ ਪਾਈਆਂ ਕਰਾਂਗੀ ਤੈਨੂੰ ਮੈਂ ਦਾ ਇਹ ਦੱਸਦਾ। ਚੱਲ ਹੁਣ ਨਾ ਮੈਂ ਦੁੱਧ ਵਿੱਚ ਪਾਉਂਦੀ ਹਾਂ ਬਿਸਮਿਲ੍ਲਾ ਰਹਿਮਾਨ। ਦੁੱਧ ਵਿੱਚ ਪਾਤਾ ਵਾ ਤੇ ਸੱਚੀ ਆ ਮਾਮਾ ਯਾਲਾ ਬਹੁਤ ਸੁੱਖ ਸੀ ਮੇਰੇ ਕੋਲ ਹੁੰਦੀ ਸੀ ਨਾ ਇੱਥੇ ਤੇ ਮੈਨੂੰ ਤਾਂ ਕੰਮ ਹੀ ਨਹੀਂ ਕਰਨਾ ਪੈਂਦਾ ਸੀਗਾ। ਠੇਕੋ ਇੰਗਲਿਸ਼ ਦੀ ਮਾਰਦੀ ਆ ਤੇ ਸੁਬਹਾ ਸੁਬਹਾ ਮੈਨੂੰ ਕਹਿੰਦੀ ਗੁੱਡ ਮੋਰਨਿੰਗ ਗੁੱਡ ਮੋਰਨਿੰਗ। ਮੈਂ ਕਿਹਾ ਗੁੱਡ ਮੋਰਨਿੰਗ ਕੀ ਹੁੰਦਾ? ਫਿਰ ਮੈਨੂੰ ਪੋਤੇ ਨੇ ਦੱਸਿਆ ਕਿ ਅੰਮੀ ਕਹਿੰਦੀ ਨੀਂਦਾ ਪੂਰੀ ਹੋ ਗਈ ਉੱਠ ਗਈ ਆ ਵੀ ਗੁੱਡ ਮੋਰਨਿੰਗ ਸੁਬਹਾ। ਮੈਂ ਕਿਹਾ ਅਸੀਂ ਸਲਾਮ ਕਹਿ ਕੇ ਨਾ ਸੁਬਹਾ ਉੱਠਦੇ ਤੇ ਸਲਾਮ ਬੋਲਦੇ ਤੇ ਤੁਸੀਂ ਤਾਂ ਗੁੱਡ ਮੋਰਨਿੰਗ ਦਾ ਹੀ ਬੋਲਣ ਲੱਗ ਪਏ ਆ। ਅੱਛਾ ਪੁੱਤ ਮੈਂ ਨਾ ਇਹਦੇ ਵੱਲ ਮੇਰੇ ਵੇਖੋ ਚਿੱਟੇ ਹੋਏ ਪਏ ਆ ਤੇ ਮੈਂ ਕਿਹਾ ਚਲੋ ਮੈਂ ਵੀ ਹੁਣ ਕੁਛ ਆ ਵਾਲਾਂ ਤੇ ਲਾ ਲਾਂ। ਤੇ ਯਾਰਾ ਮਾਮਾ ਵੀ ਕਹਿੰਦੀ ਸੀ ਤੇਰੇ ਹੇਅਰ ਸੀਜ਼ ਵਾਈਟ ਹੋਏ ਪੜੇ ਆ ਇੱਦਾਂ ਕਰਕੇ ਪਤਾ ਨਹੀਂ ਕੀ ਕਹਿੰਦੀ ਸੀ ਤੇ ਮੈਂ ਕਿਹਾ ਆਹੋ ਮੇਰੇ ਵਾਲ ਚਿੱਟੇ ਹੋਏ ਪਏ ਆ। ਤੇ ਮੈਂ ਫਿਰ ਨਾ ਮਹਿੰਦੀ ਮੰਗਵਾਈ ਤੇ ਸ਼ਾਸ਼ੇ ਜੇ ਕੁੜੀਆਂ ਮੰਗਵਾਈਆਂ ਤੇ ਮੈਂ ਕਿਹਾ ਲਾਵਾਂਗੇ। ਅਸੀਂ ਇਹਦੇ ਪਿੰਡ 'ਚ ਹੁੰਦੇ ਸੀ ਇਹਦੇ ਹੱਥੀ ਮਹਿੰਦੀ ਬਣਾਉਂਦੇ ਸੀ ਇੱਥੇ ਦੋ ਕੁੜੀਆਂ ਵਿੱਚ ਪਾਈਆਂ ਤੇ ਚੱਕ ਖੋਲ ਕੇ ਸਾਈਡ ਤੇ ਰੱਖ ਕੇ ਲਾ ਲਈ। ਹੁਣ ਮੇਰੇ ਘਰ ਤੇ ਲਾ ਨਹੀਂ ਹੋਣੀ ਤੇ ਯਾਲਾ ਮਾਮਾ ਨੇ ਆਖਾਂਗੀ ਉਹ ਆਏਗੀ ਤੇ ਮੇਰੇ ਸਿਰ 'ਤੇ ਲਾਏਗੀ ਤੇ ਚੰਗਾ ਸਲਾਮ ਅਲੈਕਮ ਸੁਬਹਾ ਮਿਲਦੇ।